ਪੰਜਾਬ ਦੇ ਲੋਕਾਂ ਨੇ ਮਾਸੂਮ ਫਤਿਹਵੀਰ ਦੀ ਮੌਤ ਤੋਂ ਕੋਈ ਸਬਕ ਨਹੀਂ ਲਿਆ। ਸੰਗਰੂਰ ਦੇ ਸੁਨਾਮ ਅਧੀਨ ਪੈਂਦੇ ਪਿੰਡ ਭਗਵਾਨਪੁਰਾ ਦੇ ਬੋਰਵੈਲ 'ਚ ਡਿੱਗ ਕੇ ਮਰਨ ਵਾਲੀ ਘਟਨਾ ਵਾਂਗ ਫਤਿਹਗੜ੍ਹ ਸਾਹਿਬ ਦੇ ਪਿੰਡ ਖੋਜੇ ਮਾਜਰਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਘਟਨਾ 'ਚ ਇੱਕੋ ਪਰਿਵਾਰ ਦੇ 3 ਸਕੇ ਭਰਾ ਪਾਣੀ ਨਾਲ ਭਰੇ ਟੋਭੇ 'ਚ ਡੁੱਬ ਕੇ ਮੌਤ ਦੇ ਅਗੋਸ਼ 'ਚ ਸਮਾ ਗਏ। ਘਟਨਾ 'ਚ ਲਵਪ੍ਰੀਤ, ਜੋਵਨਪ੍ਰੀਤ ਅਤੇ ਜਸ਼ਨਪ੍ਰੀਤ ਜੋ ਕਰਮਵਾਰ 4th, 5th ਅਤੇ 7th ਪੜ੍ਹਦੇ ਤਿੰਨਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਜਦੋਂ ਬੱਚਿਆਂ ਨੂੰ ਹਸਪਤਾਲ ਲਿਆਇਆ ਗਿਆ ਤਾਂ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸ ਤੋਂ ਬਾਅਦ ਮ੍ਰਿਤਕਾਂ ਦੇ ਸਕੇ ਸੰਬੰਧੀ ਦੇ ਪਿੰਡ ਵਾਲੇ ਨੇ ਪੂਰੇ ਮਾਮਲੇ 'ਚ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰਨ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਦੇ ਪ੍ਰਬੰਧਕੀ ਕੰਪਲੈਕਸ ਅੱਗੇ ਮੋਰਿੰਡਾ ਫਤਿਹਗੜ੍ਹ ਸਾਹਿਬ ਰੋਡ ਜਾਮ ਕਰ ਦਿੱਤਾ। ਧਰਨਾਕਾਰੀਆਂ ਨੇ ਮੰਗ ਕੀਤੀ ਹੈ ਕਿ ਮਾਮਲੇ 'ਚ ਮੁਲਜ਼ਮ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਮੈਨੂੰ ਇਨਸਾਫ਼ ਮਿਲਣਾ ਚਾਹੀਦਾ। ਜਿਹੜਾ ਉਹਨਾਂ ਨੇ ਟੋਆ ਪੱਟਿਆ ਉਹ ਬੱਚਿਆਂ ਦੇ ਗਿਰਨ ਵਾਸਤੇ ਪੱਟਿਆ, ਸਾਡੇ 1/4 ਬੱਚਾ ਵੀ ਉਹਦਾ ਜੇ ਨਾ ਬਚਾਉਂਦੇ, ਇਹ ਤਾਂ ਕੁਦਰਤ, ਮੇਰੇ 3 ਬੱਚੇ ਮਰ ਗਏ, 4th ਬੱਚਾ ਬਚਾ ਲਿਆ, ਪਰ ਮੇਰੇ 3 ਬੱਚੇ ਮਰ ਗਏ। ਮੈਨੂੰ ਇਨਸਾਫ਼, ਸਰਕਾਰ ਨੂੰ, ਸਰਕਾਰ ਤੋਂ ਇਨਸਾਫ਼ ਮਿਲਣਾ ਚਾਹੀਦਾ। ਮੈਨੂੰ ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ, ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਹ ਹਰ ਤਰ੍ਹਾਂ, ਹਰ ਰੋਜ਼ ਦੀ ਤਰ੍ਹਾਂ ਇਹ ਇੱਥੇ ਜਿਹੜੀ ਜ਼ਮੀਨ ਹੈ ਨਿਆਈ ਵਾਲੀ ਸਾਡੇ ਪਿੰਡ ਦੇ ਨਾਲ ਲੱਗਦੀ ਹੈ, ਇੱਥੇ ਡੇਲੀ ਖੇਡਣ ਆਉਂਦੇ ਸੀਗੇ। ਕੱਲ੍ਹ ਵੀ ਇਹ ਉਸੇ ਤਰ੍ਹਾਂ ਹੀ ਖੇਡਣ ਆਏ ਸੀਗੇ। ਇਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਟੋਆ ਡੂੰਘਾ ਹੈ, ਜ਼ਿਆਦਾ ਡੂੰਘਾ ਹੈ, ਤੋ ਇਹ ਉਸ ਟੋਏ ਦੇ ਆਲੇ ਦੁਆਲੇ ਖੇਡਦੇ ਫਿਰਦੇ ਸੀ। ਅਚਾਨਕ ਇੱਕ ਜਿਹੜਾ ਜਸ਼ਨਪ੍ਰੀਤ ਆ ਉਸਦਾ ਪੈਰ ਤਿਲਕ ਗਿਆ, ਉਹਨੂੰ ਬਚਾਉਂਦਾ ਬਚਾਉਂਦਾ ਲੱਤ ਫੜਾਉਂਦਾ ਫੜਾਉਂਦਾ ਜੋਬਨਪ੍ਰੀਤ ਦੀ ਲੱਤ ਫੜਾ ਲਈ, ਉਹ ਵੀ ਵਿੱਚ ਗਿਰ ਗਿਆ, ਅਤੇ ਜਿਹੜਾ ਛੋਟਾ ਬੱਚਾ ਤਾ ਉਹ ਵੀ ਵਿੱਚ ਗਿਰ ਗਿਆ ਜੀ। ਅਤੇ 3 ਬੱਚਿਆਂ ਦੀ ਸਾਡੇ ਡੈਥ ਹੋ ਗਈ। ਮੇਰੇ ਸਕੇ ਭਤੀਜੇ ਸੀਗੇ ਜੀ ਇਹ ਸਰ, ਇਹਨਾਂ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸਖ਼ਤ ਤੋਂ ਸਖ਼ਤ, ਅਤੇ ਪਲੱਸ ਜਿਹੜੇ 2 ਦੋਸ਼ੀ ਬਾਹਰ ਨੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ। ਅਸੀਂ ਮੰਗ ਕਰਦੇ ਹਾਂ ਸਰਕਾਰ ਨੂੰ ਵੀ ਉਸ ਪੀੜਤ ਪਰਿਵਾਰ ਨੂੰ ਕੈਪਟਨ ਸਰਕਾਰ ਜਿਹੜੀ ਆ ਮੁਆਵਜ਼ਾ ਦੇਵੇ, ਕਿਉਂਕਿ ਘੱਟੋ ਘੱਟ 1-1 ਕਰੋੜ ਇੱਕ ਬੱਚੇ ਦਾ ਦੇਣਾ ਚਾਹੀਦਾ। ਜੋ ਇਹਨਾਂ ਨੇ ਬਰਗਾੜੀ ਦੇ ਵਿੱਚ 1 ਕਰੋੜ ਰੁਪਈਆ ਦਿੱਤਾ ਉਹਦੇ ਬਰਾਬਰ, ਕਿਉਂਕਿ ਵੀ ਇਹ ਵੀ ਵਿਚਾਰੇ ਬੱਚੇ ਇੱਕ ਗਰੀਬ ਪਰਿਵਾਰ ਦੇ ਮਰੇ ਨੇ, ਇੱਕ ਅਣਗਹਿਲੀ ਕਰਕੇ ਮਰੇ ਨੇ, ਜਦੋਂ ਕਿ ਪਿੱਛੇ ਹਦਾਇਤ ਹੋਈ ਸੀ ਵੀ ਕੋਈ ਵੀ ਪਿੰਡ ਦੇ ਨੇੜੇ ਆ ਜਿਹੜਾ ਟੋਇਆ ਨਹੀਂ ਪੱਟਿਆ ਹੋਣਾ ਚਾਹੀਦਾ, ਕੋਈ ਟੂਵੈਲ ਨਹੀਂ ਹੋਣਾ ਚਾਹੀਦਾ। ਇਸ ਦੇ ਬਾਵਜੂਦ ਵੀ ਜਿਹੜਾ ਇਹ ਹਾਦਸਾ ਜੋ ਵਰਤਿਆ, ਇਸ ਦੇ ਵਿੱਚ ਜਿੱਥੇ ਉਸ ਦੀ ਜ਼ਿੰਮੇਵਾਰੀ ਬਣਦੀ ਸੀਗੀ ਪਿੰਡ ਦੀ, ਅਤੇ ਉੱਥੇ ਪ੍ਰਸ਼ਾਸਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੀ। ਉੱਧਰ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ 'ਚ 3 ਲੋਕਾਂ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹਨਾਂ ਦੀ ਤਾਂ ਐਕਚੁਲੀ ਇਹਨਾਂ ਨੂੰ ਪਤਾ ਨਹੀਂ ਸੀਗਾ, ਦੱਸਤਾ ਜੀ FIR ਲੌਜ ਹੋ ਗਈ ਆ, ਰਾਤ ਹੀ ਦਰਜ ਕਰਤੀ ਸੀ। ਜਿਹੜਾ ਇਹਨਾਂ ਨੇ ਬਿਆਨ ਲਿਖਾਇਆ ਸੀ 3 ਬੰਦਿਆਂ ਦੇ ਖਿਲਾਫ਼, ਉਸੀਂ 3 ਦੇ ਖਿਲਾਫ਼ ਇਹ ਮਾਮਲਾ ਦਰਜ ਕਰ ਲਿਆ। ਬਟ ਹੁਣ ਇਹ ਤੁਹਾਨੂੰ ਪਤਾ, ਅੱਜ ਕੱਲ੍ਹ ਹਰ ਚੀਜ਼ ਸਿਆਸੀ ਹੋਇਆ ਹੋਇਆ, ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਆਏ ਹੋਏ ਨੇ, ਉਹ ਹੁਣ ਇਹਦੀ ਗੱਲਬਾਤ ਚੱਲਦੀ ਹੈ, ਡਿਸਾਈਡ ਹੋ ਜੂਗੀ। ਗ੍ਰਿਫਤਾਰੀ ਜਲਦ ਕਰ ਲਾਂਗੇ ਜੀ, ਬਹੁਤ ਜਲਦ ਗ੍ਰਿਫਤਾਰ ਕਰਾਂਗੇ ਜੀ। ਅਸੀਂ FIR ਲੌਜ ਕੀਤੀ ਹੈ, FIR ਹਜੇ 304 ਦੇ ਵਿੱਚ, ਕਿਉਂਕਿ ਅਣਗਹਿਲੀ ਇਹਨਾਂ ਨੇ ਲਿਖਾਈ ਉਦੋਂ 304 ਬਣਦੀ ਹੈ। ਸੋ ਹੁਣ ਦੇਖਣਾ ਇਹ ਹੋਵੇਗਾ ਕਿ ਪੂਰੇ ਮਾਮਲੇ 'ਚ ਕਦੋਂ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੀ ਹੈ ਅਤੇ ਕਦੋਂ ਮੁਲਜ਼ਮ ਸਲਾਖਾਂ ਪਿੱਛੇ ਹੁੰਦੇ ਨੇ। ਬਿਊਰੋ ਰਿਪੋਰਟ, ਹਕੀਕਤ TV।